ਵੇਲਕਮ ਜੀ ਦੋਸਤੋ, ਕੀ ਹਾਲ ਚਾਲ ਆ ਜੀ? ਲਓ ਜੀ ਦੋਸਤੋ, ਚਿਕੰਦਰ ਪੱਟਣ ਵਾਲੀ ਮਸ਼ੀਨ ਲੱਗੀ ਪਈ, ਚਿਕੰਦਰ ਹਾਰਵੈਸਟਿੰਗ ਹੁੰਦਾ ਪਿਆ ਜੀ, ਦੇਖ ਸਕਦੇ ਹੋ। ਕੋਈ ਫਿਰ ਕੇ ਕਿਵੇਂ ਪਾਰਟੀਕਲ ਉੱਤੇ ਸੱਟ ਰਹੀ ਹੈ। ਮੇਰਾ ਰਿਸਪਾਂਸ ਦੱਸ ਆ ਜੀ ਇਸ ਦੇ ਅੱਗੇ। ਹਾਈ ਪ੍ਰੈਸ਼ਰ ਦੇ ਜ਼ਰੀਏ ਚੱਲਦੀ ਹੈ ਜੀ, ਸਾਰਾ ਟੋਟਲ ਪ੍ਰੈਸ਼ਰ। ਕੋਈ ਪ੍ਰੈਸ਼ਰ ਆ ਦੇਖੋ, ਇੱਕ ਲਾਈਨ ਸਾਫ਼ ਕੀਤੀ ਜਾਂਦੀ ਹੈ ਅਤੇ ਦੂਜੀ ਪੱਟੀ ਜਾਂਦੀ ਹੈ। ਆ ਦੇਖੋ ਲਾਈਨ ਇੱਕ ਹੀ ਲਈ ਜਾਂਦੀ ਹੈ। ਪਿੱਛੇ ਚਿਕੰਦਰ ਸਟੋਰ ਕੀਤੀ ਜਾਂਦੀ। ਨਾਲੇ ਕੋਈ ਨਾਲ ਲੈਣ ਸਾਫ਼ ਹੋਈ ਜਾਂਦਾ, ਨਾਲ ਪੱਟੀ ਜਾਂਦਾ। ਆਹ ਦੇਖੋ ਇੱਕ ਲਾਈਨ ਪੱਟੀ ਜਾਂਦੀ ਹੈ ਅਤੇ ਇੱਕ ਨਾਲ ਸਾਫ਼ ਕੀਤੀ ਜਾਂਦੀ, ਅਤੇ ਦੂਸਰੀ ਫੇਰੇ ਦੇ ਵਿੱਚ ਆਹ ਲਾਈਨ ਪੱਟੇਗੀ, ਆਹ ਦੇਖ ਸਕਦੇ ਜੀ, ਅਤੇ ਉਸ ਤੋਂ ਅਗਲੀ ਫਿਰ ਸਾਫ਼ ਕਰੇਗੀ। ਫੁੱਲੀ ਆਟੋਮੈਟਿਕ ਆ ਜੀ, ਅਤੇ ਸਿਰਫ ਪ੍ਰੈਸ਼ਰ ਦੇ ਜਿਹੜੀ ਚੱਲਦੀ ਪਈ ਉਹ ਦੇਖ ਸਕਦੇ ਹੋ ਤੁਸੀਂ, ਪ੍ਰੈਸ਼ਰ ਆ ਸਿਰਫ ਪੀ ਟੀ ਓ ਪ੍ਰੈਸ਼ਰ ਨੂੰ ਘੁਮਾਉਂਦੀ ਪਈ, ਪ੍ਰੈਸ਼ਰ ਪੰਪ ਲੱਗੇ ਹੋਏ ਆ। ਫੁੱਲੀ ਆਟੋਮੈਟਿਕ ਆ ਜੀ, ਤਾਰਾਂ ਕੇਬਲ ਦੇ ਵਿੱਚ ਆ ਰਹੀਆਂ, ਰਿਮੋਟ ਭਾਈ ਕੋਲ ਲਗਾ, ਕੰਪਿਊਟਰ ਸਿਸਟਮ ਸਾਰਾ ਮਿਲ ਦੇ ਜ਼ਰੀਏ ਆਈ ਹੋਈ ਆ ਜੀ ਇੱਥੇ, ਸਿਕੰਦਰ ਵਾਲੀ ਮਿਲ ਦੇ ਜ਼ਰੀਏ।
ਬਹੁਤ ਜ਼ਿਆਦਾ ਘੱਟਾ ਆ ਰਿਹਾ ਜੇ ਦੇਖ ਸਕਦੇ ਹੋ। ਲਓ ਜੀ ਭਰ ਗਈ ਆ, ਹੁਣ ਖਾਲੀ ਕਰਨ ਜਾਣਗੇ। ਆਹ ਦੇਖੋ, ਹਾਂ ਇਹ ਪਟੇ ਲੱਗੇ ਸਾਫ਼ ਕਰਦੇ ਆ, ਉਹ ਪਿੱਛੋਂ ਹੀ ਸਾਫ਼ ਕਰਦੇ ਆ। ਆਹ ਗਟਰ ਲੱਗਾ ਹੋਇਆ ਜੀ, ਆਹ ਦੇਖੋ ਬਿਲਾਰਸ 510 ਨੂੰ ਘੁਮਾਉਂਦਾ ਜੀ ਗੇਟ ਦਾ ਹੀ। ਫਿਰਕੀਆਂ ਘੁੰਮਦੀਆਂ ਪਈਆਂ ਜੀ, ਆਹ ਦੇਖੋ ਆਹ ਦੇਖ ਪ੍ਰੈਸ਼ਰ ਦੇ ਜ਼ਰੀਏ ਘੁੰਮਦੀ ਹੈ ਸਾਰੀ। ਆ ਚਾਈਨਾ ਉੱਤੇ ਸਿੱਟੀ ਜਾ ਰਹੀਆਂ ਜੀ, ਆਹ ਦੇਖ ਪ੍ਰੈਸ਼ਰ ਪੰਪ ਲੱਗੇ ਹੋਏ, ਜੈਕ ਲੱਗੇ ਹੋਏ ਨਾਲ, ਜਿਹੜੇ ਘੁੰਮਾਉਂਦੇ ਆ ਰੂਟਰ ਵਗੈਰਾ ਜਿਹੜੇ ਹੈ ਨਾ। ਉਹ ਪੰਪ ਲੱਗੇ ਆ, ਉਹ ਦੇਖ ਸਕਦੇ ਹੋ। ਦੋਸਤੋ ਹੁਣ ਟਰਾਲਾ ਭਰ ਚੱਲਿਆ ਜੀ, ਬਾਕੀ ਬਾਹਰ ਕਰਕੇ ਲੋਡ ਕਰਨਗੇ, ਬਾਹਰ ਕੱਢ ਕੇ। ਹਾਂ ਇੱਥੋਂ ਚੜ੍ਹਾਈ ਹੈ, ਜਿੱਥੋਂ ਕੱਢ ਕੇ ਬਾਹਰ ਲੋਡ ਕਰਨਗੇ। ਪਿੱਛੋਂ ਬਿਲਾਰਸ 510 ਹੀ ਧੱਕੇਗਾ ਮਸ਼ੀਨ ਵਾਲਾ, ਅਤੇ ਅੱਗੇ ਵੀ ਬਿਲਾਰਸ 510 ਹੀ ਹੈ ਜੀ। ਹੋਈ ਦੋਸਤੋ ਦੋਸਤੋ, ਮਿੱਟੀ ਬਹੁਤ ਉੱਡ ਗਈ ਹੈ, ਲੈ ਗਏ।